ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ। ਵੈਦ ਰਵਿੰਦਰ ਸਿੰਘ ਤਰਨ ਤਾਰਨ ਯੂਟਿਊਬ ਦੇ ਚੈਨਲ ਦੇ ਸਾਰੇ ਵੀਰਾਂ ਨੂੰ ਇੱਕ ਵਾਰ ਫਿਰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਵੀਰੋ, ਵੀਰਾਂ ਦੇ ਕਹਿਣ 'ਤੇ ਕਾਫੀ ਵੀਰ ਵਾਰ ਵਾਰ ਕਹਿ ਰਹੇ ਸੀ, ਡਿਮਾਂਡ ਕਰਦੇ ਸੀ ਕਿ ਕੋਈ ਸਸਤਾ ਨੁਸਖਾ ਵੀ ਤਿਆਰ ਕਰੋ। ਅੱਜ ਅਸੀਂ ਜੜੀਆਂ ਬੂਟੀਆਂ ਵਾਲਾ ਨੁਸਖਾ ਤਿਆਰ ਕਰਨ ਜਾ ਰਹੇ ਹਾਂ। ਪਹਿਲਾਂ ਵੀ ਅਸੀਂ ਵੀਡੀਓ ਪਾਈ ਸੀ, ਜਿਸ ਵੀਡੀਓ ਦਾ ਟਾਈਟਲ ਸੀ 6000 ਵਾਲਾ ਨੁਸਖਾ, ਉਹ ਹੁਣ ਇਸ ਟਾਈਮ ਖਤਮ ਹੋ ਚੁੱਕਾ ਵਾ ਅਤੇ ਅਸੀਂ ਫਿਰ ਤਿਆਰ ਕਰਨ ਜਾ ਰਹੇ ਹਾਂ। ਫਿਰ ਆਹ ਵੀਡੀਓ ਜਿਹੜੀ ਆ ਅਪਲੋਡ ਕਰਾਂਗੇ ਅਤੇ ਜੋ ਵੀ ਸਮਾਨ ਪਾ ਕੇ ਤਿਆਰ ਕਰਨ ਜਾ ਰਹੇ ਹਾਂ ਉਹ ਸਾਰਾ ਸਮਾਨ ਤੁਹਾਨੂੰ ਇਕੱਲੀ ਇਕੱਲੀ ਚੀਜ਼ ਵਿਖਾਵਾਂਗੇ। ਸੋ ਵੀਰੋ, ਬੇਨਤੀ ਆ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ। ਇਹ ਜਿਹੜਾ ਨੁਸਖਾ ਅੱਜ ਤਿਆਰ ਕਰਨ ਜਾ ਰਹੇ ਹਾਂ, ਇਸ ਨੁਸਖੇ ਦੇ ਤੁਹਾਨੂੰ ਫਾਇਦੇ ਜਿਹੜੇ ਆ ਉਹ ਪਹਿਲਾਂ ਹੀ ਦੱਸ ਦਿੰਦੇ ਹਾਂ। ਬਹੁਤ ਹੀ ਤਾਕਤ ਵਾਲਾ, ਮਰਦਾਨਾ ਕਮਜ਼ੋਰੀ, ਕਿਸੇ ਵੀਰ ਨੂੰ ਮਰਦਾਨਾ ਕਮਜ਼ੋਰੀ ਹੋਵੇ, ਧਾਂਤ ਪੈਂਦੀ ਹੋਵੇ, ਸਵਨ ਦੋਸ਼ ਹੋਵੇ ਜਾਂ ਕਿਸੇ ਵੀ ਤਰ੍ਹਾਂ ਦੀ ਸਰੀਰਕ ਕਮਜ਼ੋਰੀ ਦੇ, ਬਹੁਤ ਹੀ ਜ਼ਿਆਦਾ ਵਧੀਆ ਅਤੇ ਕਾਰਗਰ ਆ। ਸੋ ਆਓ ਵੀਰੋ, ਹੁਣ ਤੁਹਾਨੂੰ ਦਿਖਾਉਂਦੇ ਹਾਂ ਕਿ ਇਹਦੇ ਵਿੱਚ ਕਿਹੜਾ ਕਿਹੜਾ ਸਮਾਨ ਪਾ ਰਹੇ ਹਾਂ। ਕਈ ਵੀਰ ਜਿਵੇਂ ਮਹਿੰਗਾ ਨੁਸਖਾ ਜਿਹੜਾ ਆਪਣਾ 40000 ਵਾਲਾ ਨੁਸਖਾ ਵਾ, ਜਿਹਦੇ ਵਿੱਚ ਸੋਨਾ, ਹੀਰਾ, ਕੇਸਰ, ਕਸਤੂਰੀ, ਜੋਂਦਰ, ਏਗਮਾਈ, ਸੁੱਚੇ ਮੋਤੀ, ਕਲੀ ਦਾ ਕੁਸਤਾ, ਅਬਰਕ ਦਾ ਕੁਸਤਾ, ਕੇਸਰ ਆਦਿ ਪਾ ਕੇ ਤਿਆਰ ਕਰਦੇ ਹਾਂ। ਕਈ ਵੀਰ ਉਹ ਮਹਿੰਗਾ ਹੋਣ ਦਾ ਕਰਕੇ ਨਹੀਂ ਲੈ ਕੇ ਖਾ ਸਕਦੇ, ਇਸ ਕਰਕੇ ਅਸੀਂ ਜਿਹੜਾ ਅੱਜ ਨੁਸਖਾ ਤਿਆਰ ਕਰਨ ਜਾ ਰਹੇ ਹਾਂ ਉਹ ਸਸਤਾ ਅਤੇ ਸੋਬਰ ਨੁਸਖਾ ਵਾ, ਕੋਈ ਵੀ ਵੀਰ ਇਸ ਨੂੰ ਲੈ ਕੇ ਖਾ ਸਕਦਾ ਵਾ। ਜੇ ਅਜੇ ਵੀ ਵੀਰ ਕਵੇ ਕਿ ਇਸ ਤੋਂ ਵੀ ਸਸਤਾ, ਤਾਂ ਫਿਰ ਵੀਰੋ ਬੇਨਤੀ ਆ ਕਿ ਯੂਟਿਊਬੀ ਵੈਦਾਂ ਨੇ ਬੜੇ ਨੁਸਖੇ ਪਾਏ ਆ ਯੂਟਿਊਬ ਦੇ, ਉੱਥੋਂ ਬਣਾ ਕੇ ਖਾ ਲਓ। ਇਸ ਤੋਂ ਸਸਤਾ ਅਸੀਂ ਨਹੀਂ ਜੇ ਤਿਆਰ ਕਰ ਸਕਦੇ, ਸਾਡੇ ਹੱਥ ਖੜ੍ਹੇ ਜੇ। ਜੇ ਇਸ ਤੋਂ ਸਸਤਾ ਤੁਸੀਂ ਚਾਹੁੰਦੇ ਜੇ ਤਾਂ ਯੂਟਿਊਬੀ ਵੈਦਾਂ ਦੇ ਨੁਸਖੇ ਯੂਟਿਊਬ ਤੋਂ ਵੇਖ ਕੇ ਬਣਾ ਕੇ ਖਾ ਲਓ। ਪਹਿਲਾਂ ਵੀ ਖਾਂਦੇ ਜੇ ਅਤੇ ਬੜਿਆਂ ਨੇ ਨੁਕਸਾਨ ਕਰਵਾਏ ਆ ਖਾ ਕੇ। ਸੋ ਤੁਸੀਂ ਦੇਖ ਹੀ ਲੈਣਾ ਵਾ ਕਿ ਇਹਦੇ ਵਿੱਚ ਅਸੀਂ ਕੀ ਸਮਾਨ ਪਾ ਰਹੇ ਹਾਂ। ਬਹੁਤ ਮਹਿੰਗਾ ਅਤੇ ਕੋਸਟਲੀ ਆ, ਬਹੁਤ ਹੀ ਰੇਟ ਵੀ ਅਸੀਂ ਜਾਇਜ਼ ਰੱਖਿਆ ਵਾ। ਆਓ ਵੀਰੋ, ਤੁਹਾਨੂੰ ਦਿਖਾਉਂਦੇ ਹਾਂ ਜੀ। ਸਭ ਤੋਂ ਪਹਿਲਾਂ ਸਤਾਵਰ, ਕਾਲੀ ਮਿਰਚ, ਅਸ਼ਵਗੰਧਾ, ਵਿਧਾਰੀ ਕੰਧ, ਛੋਟੀ ਇਲਾਚੀ, ਦਾਲਚੀਨੀ, ਸਫੈਦ ਬਾਹਮਣ, ਆਹ ਵੀਰੋ ਸਾਲਮ ਪੰਜਾ ਵਾ, ਇੱਕ ਕਿਲੋ ਪੈਣਾ ਇਹਦੇ ਵਿੱਚ ਇਰਾਨੀ ਸਾਲਮ ਪੰਜਾ, ਬਹੁਤ ਹੀ ਟੋਪ ਕੁਆਲਿਟੀ ਦਾ ਅਤੇ ਬਹੁਤ ਹੀ ਕੋਸਟਲੀ ਹੁੰਦਾ, ਤੁਹਾਨੂੰ ਇਹਦੇ ਰੇਟ ਦਾ ਜਿੰਨਾ ਵੀਰਾਂ ਨੂੰ ਨੌਲੇਜ ਪਤਾ ਵੀ ਆ। ਆਹ ਵੀਰੋ ਸਾਲਮ ਮਿਸ਼ਰੀ, ਇਹ ਵੀ ਕਿਲੋ ਪੈਣੀ ਨੁਸਖੇ ਦੇ ਵਿੱਚ, ਬਹੁਤ ਹੀ ਮਹਿੰਗੀ, ਕੋਸਟਲੀ ਅਤੇ ਤਾਕਤਵਰ ਹੁੰਦੀ ਆ। ਲਾਲ ਬਾਹਮਣ, ਤੁਖ ਮਲੰਗਾ, ਸਫੈਦ ਮੂਸਲੀ, ਭਖੜਾ, ਅਜਵੈਣ, ਜੀਰਾ, ਬੀਜ ਬੰਦ, ਤਾਲ ਮਖਾਣਾ, ਆਹ ਵੀਰੋ
ਇਰਾਨੀ ਅਕਰਕਰਾ ਕਾਲੀ ਮੂਸਲੀ ਸੇਮਲ ਮੂਸਲੀ ਬੰਸ ਲੋਚਣ ਚੌਪ ਚੀਨੀ ਕਬਾਬ ਚੀਨੀ ਨਿਸ਼ਾਂਤ ਆਹ ਵੀਰੋ ਜਿਹੜੇ ਆਪਾਂ ਕਾਲੇ ਕੌਂਚ ਦੇ ਬੀਜ ਸ਼ੁੱਧ ਕੀਤੇ ਛਿੱਲ ਲਾ ਕੇ ਪੀਸੇ ਆ ਇਹ ਵੀ ਪਾਉਣੇ ਵਿੱਚ ਔਲਿਆਂ ਦਾ ਚੂਰਨ ਗਿਟਕਾਂ ਤੋਂ ਬਿਨਾਂ ਕੱਢ ਕੇ ਅਸੀਂ ਤਿਆਰ ਕਰਕੇ ਰੱਖਿਆ ਵਾ ਔਲੇ ਅਤੇ ਇਸ ਤੋਂ ਬਾਅਦ ਵੀਰੋ ਆਹ ਜਿਹੜੀਆਂ ਆਪਾਂ ਇਹਦੇ ਵਿੱਚ ਭਸਮਾਂ ਪਾਉਣੀਆਂ ਵਾ ਮਹਾਂਪਿਸ਼ਟੀ ਅਬਰਕ ਭਸਮ ਸੌ ਪੁੱਠੀ ਸੋਨਾ ਮੱਖੀ ਦੀ ਭਸਮ ਮੂੰਗਾ ਪਿਸ਼ਟੀ ਫੌਲਾਦ ਭਸਮ ਅਤੇ ਆਹ ਵੀਰੋ ਮੋਤੀ ਪਿਸ਼ਟੀ ਇਹ ਵੀ ਇਹਦੇ ਵਿੱਚ ਪਾਵਾਂਗੇ ਬਹੁਤ ਹੀ ਵਧੀਆ ਨੁਸਖਾ ਗਰਮੀਆਂ ਦੇ ਵਿੱਚ ਖਾਣ ਵਾਲਾ ਬਹੁਤ ਹੀ ਪਾਵਰਫੁੱਲ ਆ ਇਹਦੇ ਵਿੱਚ ਜਿਵੇਂ ਚੀਜ਼ਾਂ ਸਾਰੀਆਂ ਤਾਕਤਵਰ ਹੁੰਦੀਆਂ ਵਾਂ ਜਿਵੇਂ ਆਪਾਂ ਪਾਇਆ ਵਿੱਚ ਇਹਦੇ ਜਵੈਣ ਨਿੱਕੀ ਇਲਾਚੀ ਅਤੇ ਜੀਰਾ ਦਾਲਚੀਨੀ ਇਹ ਥੋੜ੍ਹਾ ਹਾਜ਼ਮੇ ਨੂੰ ਦਰੁਸਤ ਰੱਖਦਾ ਵਾ ਕਾਲੀ ਮਿਰਚ ਵਧੀਆ ਚੀਜ਼ ਚੰਗੀ ਡਾਈਜੈਸਟ ਹੁੰਦੀ ਆ ਔਲੇ ਪਾਏ ਆ ਇਹ ਵੀ ਲੀਵਰ ਵਾਸਤੇ ਬਹੁਤ ਵਧੀਆ ਵਾ ਸੋ ਆਓ ਵੀਰੋ ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਮਸ਼ੀਨ ਦੇ ਵਿੱਚ ਪੀਸਾਂਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਬਹੁਤ ਹੀ ਜ਼ਬਰਦਸਤ ਤਾਕਤ ਵਾਲਾ ਸੈਕਸ ਪਾਵਰ ਨੂੰ ਵਧਾਉਣ ਵਾਲਾ ਨੁਸਖਾ ਵਾ ਧਾਂਤ ਸੁਪਨ ਦੋਸ਼ ਚਿਪਚਿਪਾ ਪਾਣੀ ਜਿਹੜਾ ਕਈਆਂ ਵੀਰਾਂ ਦੇ ਲਿੰਗ ਦੇ ਵਿੱਚੋਂ ਚਿਪਚਿਪਾ ਪਾਣੀ ਨਿਕਲਦਾ ਵਾ ਉਹ ਵੀ ਬਿਲਕੁਲ ਠੀਕ ਹੋ ਜਾਂਦਾ ਵਾ ਜਿਵੇਂ ਵੀਰੋ ਆਹ ਜਿਹੜੀ ਆ ਇਹ ਵੀ ਜੜੀ ਬੂਟੀ ਆ ਚੌਪ ਚੀਨੀ ਕਹਿੰਦੇ ਇਹਨੂੰ ਇਹ ਵੀ ਇਸ ਤਾਕਤ ਦੇ ਨੁਸਖੇ ਵਿੱਚ ਪਾਉਣੀ ਆ ਇਸ ਨੇ ਦੋਵੇਂ ਕੰਮ ਕਰਨੇ ਆ ਤੁਹਾਡੇ ਬਾਡੀ ਦਾ ਇਹ ਵਿੱਚੋਂ ਜ਼ਹਿਰੀਲਾ ਮਾਦਾ ਜਿਹੜਾ ਵਾ ਉਹ ਵੀ ਬਾਹਰ ਕੱਢਣਾ ਵਾ ਅਤੇ ਖੂਨ ਵੀ ਸਾਫ਼ ਕਰਨਾ ਵਾ ਅਤੇ ਤਾਕਤ ਵੀ ਦੇਣੀ ਆ ਜਿਵੇਂ ਸਾਲਮ ਮਿਸ਼ਰੀ ਸਾਲਮ ਪੰਜਾ ਅਤੇ ਅਕਰਕਰਾ ਇਹ ਤਿੰਨੇ ਐਡੀਆਂ ਜ਼ਿਆਦੀਆਂ ਮਤਲਬ ਤਾਕਤ ਵਾਲੀਆਂ ਚੀਜ਼ਾਂ ਵਾ ਕਿ ਆਪਣੇ ਸਰੀਰ ਨੂੰ ਬਹੁਤ ਹੀ ਜ਼ਿਆਦਾ ਬੰਨਦੀਆਂ ਵਾ ਪੈਰਾਂ ਤੋਂ ਲੈ ਕੇ ਸਿਰ ਤੱਕ ਕੋਈ ਵੀ ਵੀਕਨੈਸ ਆ ਜਾਂ ਵੀਰਜ ਦਾ ਪਤਲਾ ਪਾਣੇ ਆ ਵੀਰਜ ਨੂੰ ਇੰਨਾ ਜ਼ਿਆਦਾ ਇਹ ਗਾੜਾ ਕਰ ਦਿੰਦੀਆਂ ਵਾਂ ਕਿ ਬਹੁਤ ਹੀ ਜ਼ਿਆਦਾ ਸਰੀਰ ਨੂੰ ਵੀਰਜ ਦਾ ਗਾੜਾ ਹੋਣ ਕਾਰਨ ਤਾਕਤ ਮਿਲਦੀ ਆ ਅਤੇ ਜਿਵੇਂ ਵੀਰੋ ਅਕਰਕਰਾ ਵਾ ਅਕਰਕਰਾ ਅਤੇ ਦਾਲਚੀਨੀ ਅਤੇ ਨਿੱਕੀ ਇਲਾਚੀ ਇਹ ਤਿੰਨੇ ਚੀਜ਼ਾਂ ਇਸ ਨੁਸਖੇ ਦੇ ਵਿੱਚ ਉਤੇਜਨਾ ਦੇ ਤੌਰ 'ਤੇ ਕੰਮ ਕਰਦੀਆਂ ਵਾਂ ਬਾਕੀ ਚੀਜ਼ਾਂ ਜਿਹੜੀਆਂ ਵਾਂ ਤੁਹਾਨੂੰ ਸਾਰੀਆਂ ਦੱਸੀਆਂ ਵਾਂ ਉਹ ਵੀਰਜ ਸਤੰਭਕ ਕਰਦੀਆਂ ਵਾਂ ਅਤੇ ਅਕਰਕਰਾ ਦਾਲਚੀਨੀ ਅਤੇ ਨਿੱਕੀ ਇਲਾਚੀ ਇਹ ਉਤੇਜਨਾ ਵਧਾਉਂਦੀਆਂ ਵਾਂ ਦਿਮਾਗ ਨੂੰ ਉਤੇਜਕ ਕਰਦੀਆਂ ਵਾਂ ਜਿੰਨਾ ਜ਼ਿਆਦਾ ਦਿਮਾਗ ਉਤੇਜਕ ਹੋਊਗਾ ਓਨਾ ਹੀ ਜ਼ਿਆਦਾ ਜਿਹੜਾ ਵਾ ਆਪਣਾ ਸੈਕਸ ਜਿਹੜਾ ਵਾ ਹੈਵੀ ਹੋਊਗਾ ਕਿਉਂਕਿ ਦਿਮਾਗ ਦੇ ਸਿਰ 'ਤੇ ਸਾਰਾ ਸੈਕਸ ਹੁੰਦਾ ਵਾ ਅਤੇ ਜਿਵੇਂ ਸਫੈਦ ਮੂਸਲੀ ਅਤੇ ਸਤਾਵਰ ਅਤੇ ਭਖੜਾ ਇਹ ਜਿਹੜੀਆਂ ਤਿੰਨੇ ਚੀਜ਼ਾਂ ਵਾ ਇਹ ਆਪਣੇ ਇਹ ਵੀ ਮੇਨ ਵੀਰਜ 'ਤੇ ਕੰਮ ਕਰਦੀਆਂ ਭਖੜਾ ਜਿਹੜਾ ਵਾ ਇਹ ਗੁਰਦਿਆਂ ਦੀ ਸਫਾਈ ਵਾਸਤੇ ਬਹੁਤ ਹੀ ਵਧੀਆ ਵਾ ਪਿਸ਼ਾਬ ਇਹਦੇ ਨਾਲ ਖੁੱਲ੍ਹ ਕੇ ਆਉਂਦਾ ਵਾ ਗਰਮੀ ਨਿਕਲ ਜਾਂਦੀ ਆ ਬਿਲਕੁਲ ਸੋ ਆਓ ਵੀਰੋ ਹੁਣ ਅੱਗੇ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਮਸ਼ੀਨ ਦੇ ਵਿੱਚ ਸਾਰਾ ਕੁਛ ਪੀਸਦੇ ਹਾਂ ਹਾਂਜੀ ਸਾਰਾ ਸਮਾਨ ਹੁਣ ਆਪਾਂ ਪਰਾਤ ਦੇ ਵਿੱਚ ਇੱਕ ਜਗ੍ਹਾ ਮਿਕਸ ਕਰ ਦਾਂਗੇ ਸਭ ਤੋਂ ਪਹਿਲਾਂ
ਸਤਾਵਰ ਆ, ਸਾਲਮ ਪੰਜਾ, ਸਾਲਮ ਮਿਸ਼ਰੀ, ਕਬਾਬ ਚੀਨੀ, ਬੀਜ ਬੰਦ, ਅੱਜ ਥੋੜ੍ਹੇ ਜਿਹੇ ਸੇਵਾਦਾਰ ਘੱਟ ਆ ਨਾਲ, ਤਾਂ ਕਰਕੇ ਥੋੜ੍ਹੀ ਜਿਹੀ ਵੀਡੀਓ ਬਣਾਉਣ 'ਚ ਪਰੇਸ਼ਾਨੀ ਹੋ ਰਹੀ ਆ। ਤਾਲਮ ਖਾਣਾ, ਕਾਲੀ ਮੂਸਲੀ, ਟੁੱਖ ਮਲੰਗਾ, ਕਾਲੀ ਮਿਰਚ, ਜੀਰਾ, ਅਸ਼ਵਗੰਧਾ, ਜਵੈਣ, ਸਫੈਦ ਮੂਸਲੀ, ਇਰਾਨੀ ਅਕਰਕਰਾ, ਆਹ ਵੀਰੋ ਵੇਖ ਲਓ ਚੰਗੀ ਤਰ੍ਹਾਂ, ਇਰਾਨੀ ਅਕਰਕਰਾ ਜੇ ਕਿਸੇ ਨੇ ਪੰਸਾਰੀ ਕੋਲੋਂ ਲੈਣਾ ਹੋਵੇ, ਇਹਦੀ ਪਹਿਚਾਣ ਇਹ ਆ। ਨਿਸੌਤ, ਤਵਾਸੀਰ, ਬਹੁਤ ਠੰਡੀ ਹੁੰਦੀ ਵੀਰ ਜੀ, ਬਹੁਤ ਵਧੀਆ ਰਿਜ਼ਲਟ ਕਰਨੀ ਜਿਹਦਾ। ਨਿੱਕੀ ਇਲਾਚੀ, ਬਿਲਕੁਲ ਸਾਹਮਣੇ ਦੇ ਲਾਈਵ ਨੁਸਖਾ ਤਿਆਰ ਕਰਦੇ ਹਾਂ। ਇਹ ਨੁਸਖਾ ਅਸੀਂ ਵੀਰ ਜੀ 40-50 ਕਿਲੋ ਇਕੱਠਾ ਤਿਆਰ ਕਰਕੇ ਰੱਖ ਲੈਂਦੇ ਹਾਂ, ਕਿਉਂਕਿ ਵਾਰ ਵਾਰ ਨਹੀਂ ਤਿਆਰ ਕੀਤਾ ਜਾਂਦਾ। ਕਈ ਵੀਰ ਕਹਿੰਦੇ ਆ ਕਿ 6000 ਵਾਲਾ ਨੁਸਖਾ ਵੀ ਸਾਹਮਣੇ ਤਿਆਰ ਕਰਕੇ ਦਿਓ। ਵੀਰ ਜੀ ਇਹ ਨੁਸਖਾ ਸਾਹਮਣੇ ਨਹੀਂ ਤਿਆਰ ਕਰਕੇ ਦੇ ਸਕਦੇ, ਕਿਉਂਕਿ ਇੰਨਾ ਟਾਈਮ ਨਹੀਂ ਹੁੰਦਾ। ਇਕੱਠਾ ਤਿਆਰ ਕਰਤਾ ਵਾ, ਸਾਰਾ ਸਮਾਨ ਤੁਹਾਡੇ ਸਾਹਮਣੇ ਪਾਤਾ ਵਾ, ਤੁਸੀਂ ਵੀਡੀਓ ਦੇਖ ਸਕਦੇ ਜੇ। ਜਦੋਂ ਖਤਮ ਹੋ ਜਾਊਗਾ ਫਿਰ ਬਣਾ ਲਾਂਗੇ। ਪਹਿਲਾਂ ਵੀ ਜਦੋਂ ਜਿੰਨੀ ਵਾਰ ਬਣਾਇਆ ਵੀਡੀਓ ਬਣਾਈ ਆ, ਅੱਜ ਵੀ ਵੀਡੀਓ ਬਣਾ ਕੇ ਤਿਆਰ ਕਰ ਰਹੇ ਹਾਂ। ਹਾਂਜੀ,
ਸਫੈਦ ਬਾਹਮਣ ਦਾਲਚੀਨੀ ਸਾਰਾ ਸਮਾਨ ਪੈ ਗਿਆ ਵਾ, ਬਾਕੀ ਕੁਛ ਸਮਾਨ ਜਿਹੜਾ ਵਾ ਉਹ ਆਪਾਂ ਮਸ਼ੀਨ ਦੇ ਵਿੱਚ ਸਿੱਧਾ ਪੀਸਾਂਗੇ, ਥੋੜ੍ਹਾ ਮੋਟਾ ਵਾ ਉਹ। ਚਲੋ ਹੁਣ ਵਾਹਿਗੁਰੂ ਦਾ ਨਾਂ ਲੈ ਕੇ ਆਪਾਂ ਮਸ਼ੀਨ 'ਚ ਲਈਏ। ਇੱਕ ਦੀਆਂ ਸਮਾਨ ਨਾ ਇਹਨਾਂ ਨੂੰ ਵਿਖਾ ਦਿਓ ਮਾੜਾ ਜਿਹਾ, ਪਰਾਤ ਵਾਲਾ ਸਮਾਨ ਚੌੜਾ ਕਰਕੇ। ਕਈ ਵੀਰ ਬੜੇ ਖਤਰਨਾਕ ਹੁੰਦੇ ਆ, ਬਹੁਤ ਗਲਤ ਕਮੈਂਟ ਕਰਦੇ ਆ, ਉਹਨਾਂ ਕਹਿਣਾ ਕਿ ਤੁਸੀਂ ਕੱਢ ਲਿਆਉਣਾ ਸਮਾਨ ਵਿੱਚੋਂ। ਕੱਢਿਆ ਨਹੀਂ ਅਸੀਂ ਕੁਛ ਵੀਰ ਜੀ, ਸਾਰਾ ਕੁਛ ਵਿੱਚ ਹੀ ਰਲਾ ਦੇਣਾ। ਦੇਖੋ ਸਾਲਮ ਪੰਜਾ, ਸਾਲਮ ਮਿਸ਼ਰੀ, ਅਕਰਕਰਾ, ਸਾਰਾ ਕੁਛ ਵਿੱਚ ਹੀ ਹੈ ਇਹਦੇ। ਬੜੇ ਵੀਰ ਕਈ ਖਤਰਨਾਕ ਹੁੰਦੇ ਆ, ਕਈ ਕਮੈਂਟ ਕਰ ਦਿੰਦੇ ਆ ਤੁਸੀਂ ਬਾਅਦ 'ਚੋਂ ਕੱਢ ਲਿਆਉਣਾ ਸਮਾਨ ਪਰਾਤ 'ਚੋਂ। ਬੜੀ ਕਿਰਪਾ ਮਹਾਰਾਜ ਜੀ, ਇਹੋ ਜਿਹਾ ਗਲਤ ਕੰਮ ਨਹੀਂ ਅਸੀਂ ਕਰਦੇ। ਬਹੁਤ ਹੀ ਵਧੀਆ ਟੋਪ ਦੀ ਕੁਆਲਿਟੀ ਦੀ ਚੀਜ਼ ਬਣਾ ਕੇ ਆਪਾਂ ਦੇ ਦੀ ਵੀਰਾਂ ਨੂੰ। ਵੀਰ ਬੜੇ ਵਿਸ਼ਵਾਸ ਕਰਕੇ ਸਾਡੇ ਕੋਲੋਂ ਦਵਾਈ ਮੰਗਵਾ ਕੇ ਖਾਂਦੇ ਆ ਅਤੇ ਬਹੁਤ ਵਧੀਆ ਰਿਜ਼ਲਟ ਮਿਲਦਾ ਉਹਨਾਂ ਨੂੰ। ਹਾਂਜੀ ਹੁਣ ਵੀਰ ਜੀ ਲੱਗੇ ਪੀਣ ਆਪਾਂ ਮਸ਼ੀਨ ਦੇ ਵਿੱਚ। ਕਰੀਏ ਸ਼ੁਰੂ ਜੀ। ਸਤਨਾਮ ਸ਼੍ਰੀ ਵਾਹਿਗੁਰੂ। ਹਾਂਜੀ ਵੀਰ ਜੀ 4 ਘੰਟੇ ਹੋ ਗਏ ਲਗਾਤਾਰ ਪੀਂਦਿਆਂ ਨੂੰ, ਉਹਨੇ ਰਾਹ ਚੁੱਕਿਆ ਬਾਹਰ, ਅਜੇ ਅੱਧਾ ਕੰਮ ਹੋਰ ਪਿਆ। ਬਹੁਤ ਮਿਹਨਤ ਵਾਲਾ ਕੰਮ ਹੁੰਦਾ, ਬਹੁਤ ਹਾਰਡ ਹੁੰਦੀਆਂ ਜਿੰਨੀਆਂ ਜੜੀਆਂ ਬੂਟੀਆਂ ਸਾਰੀਆਂ, ਬਹੁਤ ਜ਼ਿਆਦਾ ਹਾਰਡ ਆ। ਕੋਈ ਨਹੀਂ, ਕੰਮ ਨਿਬੇੜ ਕੇ ਅੱਜ ਹਟਾਂਗੇ, ਔਡਰ ਬੜੇ ਪੈਂਡਿੰਗ ਪਏ ਆ ਨੁਸਖੇ ਵਾਲਿਆਂ ਦੇ, ਫਿਰ ਤਿਆਰ ਕਰਨੀ ਜ਼ਰੂਰੀ ਸੀ ਅੱਜ। ਵੀਰ ਕਾਹਲੇ ਪੈ ਰਹੇ ਆ ਅਤੇ ਅੱਜ ਕੋਈ ਗੱਲ ਨਹੀਂ, ਭਾਵੇਂ ਰਾਤ ਦੇ 12-1 ਵਜੇ ਤਿਆਰ ਕਰਕੇ ਹਟਾਂਗੇ। ਸਵੇਰੇ ਫਿਰ ਵੀਰ ਜਿਹੜੇ ਵੀਰਾਂ ਨੇ ਮੰਗਵਾਇਆ ਵਾ ਨੁਸਖਾ, ਉਹਨਾਂ ਨੂੰ ਆਪਾਂ ਭੇਜਣਾ ਵੀ ਆ। ਅੱਧਾ ਕੰਮ ਰਹਿ ਗਿਆ, ਅੱਧਾ ਹੋ ਗਿਆ। ਜੀ ਬਿਲਕੁਲ ਨੁਸਖਾ ਜਿਹੜਾ ਪੀਸ ਕੇ ਰੈਡੀ ਹੋ ਚੁੱਕਿਆ ਵਾ, ਤਕਰੀਬਨ 40-50 ਕਿਲੋ ਦੇ ਲਾਗੇ ਬੰਨੇ ਤਿਆਰ ਕੀਤਾ ਵਾ। ਅਤੇ ਹੁਣ ਇਹਦੇ ਵਿੱਚ ਆਪਾਂ ਸਾਰੀਆਂ ਜਿਹੜੀਆਂ ਭਸਮਾਂ ਵਾ ਉਹ ਮਿਕਸ ਕਰਾਂਗੇ, ਉਹ ਵੀ ਤੁਹਾਨੂੰ ਸਾਰੀਆਂ ਦਿਖਾਵਾਂਗੇ ਕੀ ਪਾ ਰਹੇ ਹਾਂ ਵਿੱਚ। ਹਾਂਜੀ ਹੁਣ ਆਪਾਂ ਇਹਦੇ ਵਿੱਚ
ਭਸਮਾਂ ਜਿਹੜੀਆਂ ਵਾ ਉਹ ਤੋਲ ਕੇ ਮਿਕਸ ਕਰਾਂਗੇ। ਸੋਨਾ ਮੱਖੀ ਪਰਵਾਲ ਪਿਸਤੀ ਕਰੋ ਨਾ ਇੱਧਰ ਸਾਰਾ ਕੁਝ ਸਾਹਮਣੇ ਵਿਖਾ ਕੇ ਪਾਉਣਾ ਨਾ। ਇਹਨਾਂ ਕਮੈਂਟ ਕਰਨ ਵਾਲਿਆਂ ਦਾ ਇੱਕ ਬੜਾ, ਇਹਨਾਂ ਨੇ ਕੀਤਾ ਕੀ ਕਮੈਂਟ ਕਰ ਦੇਣਾ ਕਿ ਪਤਾ ਨਹੀਂ ਉਹ ਪਿੱਛੇ ਕੱਢ ਕੇ ਕੀ ਰੱਖ ਲਿਆ। ਇਸ ਕਰਕੇ ਇਹਨਾਂ ਸਾਰਾ ਕੁਛ ਸਾਹਮਣੇ ਵਿਖਾ ਕੇ ਪਾ ਰਹੇ ਹਾਂ। ਬਿਲਕੁਲ ਤਸੱਲੀ ਨਾਲ ਨੁਸਖਾ ਬਣਾਉਣਾ, ਜ਼ਬਰਦਸਤ ਤਾਕਤ ਦਾ ਮਰਦਾਨਾ ਕਮਜ਼ੋਰੀ ਦਾ ਜਿਹੜਾ ਨੁਸਖਾ ਆਪਾਂ ਤਿਆਰ ਕਰ ਰਹੇ ਹਾਂ। ਸੁੱਚੇ ਮੋਤੀ ਇਹ ਵੀ ਨੁਸਖਾ ਵਧੀਆ ਜੀ, ਬਹੁਤ ਟੌਪ ਦਾ। ਸੁੱਚੇ ਮੋਤੀ ਵੀ ਇਹਦੇ ਵਿੱਚ ਆਪਾਂ ਪਾਵਾਂਗੇ। ਮਹਾਂਪਿਸ਼ਤੀ ਅਬਰਕ ਭਸਮ ਫੁਲਾਦ ਭਸਮ ਜਿਹਨੂੰ ਲੋਹ ਭਸਮ ਵੀ ਕਹਿੰਦੇ ਆ, ਘਰ ਦੀ ਤਿਆਰ ਕੀਤੀ, ਬਹੁਤ ਹੀ ਵਧੀਆ ਰਸ ਪਾ ਪਾ ਕੇ ਤਿਆਰ ਕੀਤੀ ਆ, ਬਹੁਤ ਰਿਜ਼ਲਟ ਇਹਦਾ ਵੀ, ਇਹ ਵੀ ਇਹਦੇ ਵਿੱਚ ਆਪਾਂ ਪਾਵਾਂਗੇ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ। ਬੈਜਾ ਮੁਰਗਾ ਕੁਕਟਾਂਗ ਭਸਮ ਵੀ ਇਹਨੂੰ ਕਹਿੰਦੇ ਆ। ਜਿਹੜੇ ਵੀਰ ਐਵੇਂ ਹੀ ਡੋਲੂ ਟਕਾ ਦਿੰਦੇ ਆ, ਡੋਲੂ ਟਕਾਉਣੇ ਸੌਖੇ ਨਹੀਂ ਪਏ ਵੀਰੋ। ਇਹੋ ਜਿਹੀ ਆਪਾਂ ਜਿਹੜੀ ਗਲਤ ਸ਼ਬਦਾਵਲੀ ਨਹੀਂ ਵਰਤਦੇ, ਵੈਸੇ ਚਲੋ ਥੋੜ੍ਹਾ ਬਹੁਤਾ ਜ਼ਿਕਰ ਕਰਨਾ ਪੈਂਦਾ ਵਾ। ਇੰਨਾ ਸਮਾਨ ਟੌਪ ਦਾ ਪਿਆ ਹੋਵੇ ਤਾਂ ਫਿਰ ਹੀ ਡੋਲੂ ਟੰਗੇ ਜਾਂਦੇ ਆ, ਗੱਲਾਂ ਨਾਲ ਨਹੀਂ ਡੋਲੂ ਟੰਗੇ ਜਾਂਦੇ।
ਹਾਂਜੀ ਹਾਂਜੀ ਵੀਰ ਜੀ, ਕਲੀ ਦਾ ਕੁਸਤਾ ਜਿਹੜਾ ਇਹਦੇ ਵਿੱਚ ਪਾਉਣ ਵਾਲਾ ਰਹਿ ਗਿਆ ਸੀ, ਅਤੇ ਜਿਹੜੀ ਆਪਾਂ ਆਪਣੇ ਹੱਥ ਨਾਲ ਤਿਆਰ ਕਰਕੇ ਸਾਰੀਆਂ ਭਸਮਾਂ ਜਿੰਨੀਆਂ ਵੀ ਪਾਈਆਂ ਸਾਰੀਆਂ ਹੱਥ ਨਾਲ ਤਿਆਰ ਕਰਦੇ ਹਾਂ ਆਪ ਖੁਦ, ਬਾਜ਼ਾਰੀ ਨਹੀਂ ਗੀਆਂ ਇਹ, ਕਲੀ ਦਾ ਕੁਸਤਾ ਵੀ ਇਹਦੇ ਵਿੱਚ ਪਾਵਾਂਗੇ। ਲਓ ਜੀ, ਭਸਮਾਂ ਵੀ ਗਰੰਡਰ ਦੇ ਨਾਲ ਰਲਾ ਕੇ ਨੁਸਖੇ ਦੇ ਉੱਪਰ ਪਾਤੀਆਂ ਵਾਂ। ਠੀਕ ਆ ਵੀਰ ਜੀ, ਹੁਣ ਮਿਕਸ ਕਰ ਦੇਣਾ ਇਹਨੂੰ, ਬਸ ਥੋੜ੍ਹੀ ਜਿਹੀ ਪ੍ਰਕਿਰਿਆ ਰਹਿ ਗਈ ਆ ਹੋਰ ਇਹਦੀ ਮਿਕਸ ਕਰਨ ਦੀ। ਅਤੇ ਕੱਲ੍ਹ ਥੋੜ੍ਹਾ ਜਿਹਾ ਮੌਸਮ ਖਰਾਬ ਹੋ ਗਿਆ ਸੀ, ਮੀਂਹ ਹਨੇਰੀ ਆ ਗਿਆ, ਉਹਦਾ ਕਰਕੇ ਥੋੜ੍ਹਾ ਜਿਹਾ ਵਿਘਨ ਪੈ ਗਿਆ ਕੰਮ ਦੇ ਵਿੱਚ। ਅੱਜ ਰੈਡੀ ਹੋ ਜਾਣਾ ਵਾ, ਕਿਸੇ ਵੀ ਵੀਰ ਨੂੰ ਲੋੜ ਹੋਵੇ ਤਾਂ ਕੰਟੈਕਟ ਕਰ ਸਕਦਾ, ਨੰਬਰ ਦਿੱਤਾ ਉੱਪਰ। ਅਤੇ ਵੀਡੀਓ ਨੂੰ ਬਸ ਬੇਨਤੀ ਹੈਗਾ, ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਆਪਣਾ ਫਰਜ਼ ਸਮਝ ਕੇ। ਇਹੋ ਜਿਹੀ ਇੰਨੀ ਵਧੀਆ ਚੀਜ਼ ਸਾਹਮਣੇ ਕੋਈ ਵੀ ਨਹੀਂ ਜੇ ਬਣਾ ਕੇ ਤਿਆਰ ਕਰਕੇ ਦਿੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।